स्टेटमेंट है उन्हें ये फैसला दे के तो जिन्हिया विरोधी शक्तियां उन्हें बहुत बुरी तरह के नाल हराया। मैं सारे मैंबर साहब नूं भी बधाई देना, धन्यवाद करदा, सारी संगत नूं भी बधाई देना। बहुत वड्डी शक्ति इहदे नाल श्रोमणी अकाली दल दी वधी है। असीं पहले कहिंदे सी कि बीबी जी नूं पिछली वारी 42 वोटां पईआं सी ते सानूं 102 पईआं सी। अज धामी साहब 107 ते पहुंचे आ ते बीबी जी 42 तों 33 ते आ गए। इस करके ये बड़ा वड्डा संदेश है कि जिहड़ियां साजिशां करके लोकी पंथ नूं कमजोर करन दी कोशिश कर रहे आ, श्रोमणी अकाली दल दे खिलाफ साजिशां रच के श्रोमणी अकाली दल दी लीडरशिप नूं कमजोर करन दी कोशिश कर रहे आ। अज इस जिहड़ा सिखां दा सब तों वड्डा हाउस है उहनें जिहड़ा फैसला दित्ता, एक क्लीयर कट एक संदेश है कि संगत दी आशीर्वाद अज भी श्रोमणी अकाली दल दे नाल है। सो मैं सारयां दा तहे दिल तों धन्नवाद करदा। देखो बड़ी वड्डी गल है कि मैंबरां ने अपनी जिम्मेवारी जिहड़ी है सारी निभाई है, क्योंकि प्रधान साहब तनखाइयां होण करके भावें डायरैक्ट नहीं आ सके, पर मैंबरां ने पूरी जिम्मेवारी जिहड़ी है साडी सारी उह निभाई है। ते बहुत मैंबरां दा मैं धन्नवाद करदा कि इस मौके दे उत्ते डट के मैंबरां ने श्रोमणी अकाली दल दा सारयां ने साथ दित्ता। हुण उहनां नूं पुछोगे किथे गए मैंबर जिहड़े, किथे गए इंटैलीजेंस दीआं रिपोर्टां झूठियां, किथे गए इहनां दे जिहड़े दमगजे, किथे गए बाकी मैंबर? ਹੁਣ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਸੰਗਤ ਦਾ ਫੈਸਲਾ। ਮੇਰੀ ਇਹ ਬੇਨਤੀ ਹੈ ਕਿ ਹੁਣ ਹੋਰ ਕੋਈ ਬਹਾਨਾ ਨਾ ਬਣਾਉਣ, ਬੜੀ ਇਮਾਨਦਾਰੀ ਦੇ ਨਾਲ, ਬੜੀ ਸ਼ਾਂਤਮਈ ਤਰੀਕੇ ਦੇ ਨਾਲ ਸਾਰੀ ਇਲੈਕਸ਼ਨ ਹੋਈ ਆ। ਉਹਨਾਂ ਨੂੰ ਹੁਣ ਇਹ ਸੰਗਤ ਦਾ ਜਿਹੜਾ ਫੈਸਲਾ ਉਹਨੂੰ ਘੱਟੋ ਘੱਟ ਮੰਨ ਲੈਣਾ ਚਾਹੀਦਾ, ਕਿਉਂਕਿ ਹੁਣ ਫੈਸਲੇ ਤੋਂ ਭੱਜਣ ਨਾ। ਇਸ ਫੈਸਲੇ ਦੇ ਕੋਈ ਸੰਕੇਤ ਹੈ, ਉਹ ਜਿਹੜੇ ਸੰਦੇਸ਼ ਆ ਇਸ ਵੱਡੇ ਫੈਸਲੇ ਦਾ, ਉਹ ਇਹਨਾਂ ਸਾਰੀਆਂ ਧਿਰਾਂ ਨੂੰ ਸਮਝ ਲੈਣਾ ਚਾਹੀਦਾ। ਤੇ ਹੁਣ ਹੋਰ ਜਿਹੜਾ ਕੂੜ ਪ੍ਰਚਾਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ, ਉਹ ਬੰਦ ਕਰਕੇ ਇਹ ਜਿਹੜਾ ਸੰਗਤ ਦਾ ਫੈਸਲਾ ਹੈ ਇਹਨੂੰ ਹੁਣ ਸਿਰ ਚੁਕਾਉਣਾ ਚਾਹੀਦਾ ਸਾਰਿਆਂ ਨੂੰ। ਪਰ ਦੇਖਦੇ ਹਾਂ ਕਿ ਹੁਣ ਫੈਸਲੇ ਤੋਂ ਬਾਅਦ ਵੀ ਜਿਹੜਾ ਫੈਸਲਾ ਮੰਨਣ ਵਾਲੇ ਪਾਸੇ ਆਉਂਦੇ ਕਿ ਫਿਰ ਕੋਈ ਨਵਾਂ ਰਾਗ ਲਾਪਦੇ ਆ। ਪਰ ਬਹੁਤ ਵੱਡਾ ਫੈਸਲਾ, ਬੜੀ ਵੱਡੀ ਸ਼ਕਤੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹੈ। ਮੈਂ ਸਾਰੇ ਮੈਂਬਰ ਦਾ, ਸਾਰੀ ਸੰਗਤ ਦਾ ਗੁਰੂ ਮਹਾਰਾਜ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ। ਦੇਖੋ ਜੀ, ਇਹ ਦਲਜੀਤ ਸਿੰਘ ਚੀਮਾ ਨੇ, ਇਹ ਤਾਂ ਹੁਣ ਉਹਨਾਂ ਨੂੰ ਪੁੱਛੋ, ਅਸੀਂ ਤਾਂ ਪਹਿਲਾਂ ਹੀ ਸੱਚਾਈ ਤੇ ਖੜੇ ਸੀ। ਜੇ ਤਾਂ ਅਸੀਂ ਝੂਠ ਬੋਲਿਆ ਸਾਨੂੰ ਕਹਿ ਸਕਦੇ ਹੋ? ਅਸੀਂ ਕਿਹਾ ਸੀ ਅੰਕੜਾ ਪਿਛਲੀ ਵਾਰ ਨਾਲੋਂ ਵੋਟਾਂ ਵਧਣਗੀਆਂ, ਹੁਣ ਸਾਡੀਆਂ ਤੇ ਵਧੀਆਂ, ਉਹਨਾਂ ਨੂੰ ਪੁੱਛੋ ਕਿੱਥੇ ਗਈਆਂ? ਕਿੱਥੇ ਗਏ ਅਸੀਂ? ਹੁਣ ਅੰਡਰਗਰਾਊਂਡ ਹੋ ਗਏ। ਹੁਣ ਅੱਜ ਵਾਲੀ ਗਿਣਤੀ ਕਰੋ ਨਾ, ਹੁਣ ਕੱਲ ਵਾਲੀ ਤਾਂ ਹੋ ਗਈ। ਥੈਂਕ ਯੂ। ਇਹ ਦਲਜੀਤ ਸਿੰਘ ਚੀਮਾ ਨੇ, ਬਹੁਤ ਬਹੁਤ ਵੱਡੇ ਚੀਮਾ ਸਾਹਿਬ, ਇਹ ਲੱਗਦਾ ਕਿ ਜੋ ਭਵਿੱਖਬਾਣੀ ਤੁਸੀਂ ਕੀਤੀ ਸੀ, ਵੱਡਾ ਸਮਰਥਨ ਦਿੱਤਾ ਅਕਾਲ ਪੁਰਖ ਦਾ, ਗੁਰੂ ਮਹਾਰਾਜ ਦਾ ਮੈਂ ਸ਼ੁਕਰਾਨਾ ਕਰਦਾ ਕਿ ਬਹੁਤ ਵੱਡੀ ਸ਼ਕਤੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਫੈਸਲੇ ਨੇ ਦਿੱਤੀ ਆ। ਮੈਂ ਧੰਨਵਾਦ ਕਰਦਾ। ਚੀਮਾ ਸਾਹਿਬ, ਲੱਗਦਾ ਜਿਹੜੀ ਤੁਸੀਂ ਭਵਿੱਖਬਾਣੀ ਕੀਤੀ ਸੀ ਸਵੇਰੇ, ਉਹ ਸਹੀ ਹੋਈ ਆ? ਲਾਈਵ ਚੱਲਦਾ ਨਹੀਂ? ਬਿਲਕੁਲ ਬਿਲਕੁਲ, ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਆ ਪੂਰੇ ਦਾ ਪੂਰਾ ਹੀ ਜਿਹੜਾ ਹੈਗਾ। ਇਸ ਤੋਂ ਵੱਡਾ ਫੈਸਲਾ ਕੀ ਹੋ ਸਕਦਾ ਕਿ ਜੋ ਅਸੀਂ ਕਹਿੰਦੇ ਸੀ ਪਿਛਲੀ ਵਾਰ ਜਦੋਂ ਬੀਬੀ ਜੀ ਅਤੇ ਧਾਮੀ ਸਾਹਿਬ ਦਾ ਮੁਕਾਬਲਾ ਹੋਇਆ ਸੀ, 102 ਵੋਟਾਂ ਧਾਮੀ ਸਾਹਿਬ ਨੂੰ ਪਈਆਂ ਸੀ, ਅੱਜ ਧਾਮੀ ਸਾਹਿਬ 107 ਤੇ ਪਹੁੰਚੇ ਆ, ਬੀਬੀ ਜੀ 42 ਤੋਂ 33 ਤੇ ਆ ਗਏ। ਇਸ ਕਰਕੇ ਕਲੀਅਰ ਕੱਟ ਸੰਦੇਸ਼ ਹੈ ਕਿ ਪੰਥ ਨਹੀਂ ਚਾਹੁੰਦਾ ਕਿ ਤੁਸੀਂ ਗੈਰ ਪੰਥਕ ਸ਼ਕਤੀਆਂ ਦੇ ਨਾਲ ਮਿਲ ਕੇ ਤੇ ਪੰਥ ਦਾ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰੋ। ਇਹ ਸਬਕ ਹੈ ਬਹੁਤ ਵੱਡਾ, ਜਿਹੜੇ ਲੋਕੀ ਇੱਕ ਸਾਜਿਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ, ਉਹਨਾਂ ਵਾਸਤੇ ਬਹੁਤ ਵੱਡਾ ਇੱਕ ਸਬਕ ਹੈ। ਦੇਖੋ, ਪਾਰਟੀ ਵਾਸਤੇ ਇੱਕ ਬਹੁਤ ਵੱਡਾ ਆਸ਼ੀਰਵਾਦ, ਕਿਉਂਕਿ ਸੰਗਤ ਦਾ ਆਸ਼ੀਰਵਾਦ ਹੈ। ਮੈਂ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਹੜੇ ਭਰਮ ਭੁਲੇਖੇ ਸਾਜਿਸ਼ਾਂ ਰਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਪਾਏ ਜਾ ਰਹੇ ਸੀ, ਇਸ ਜਿਹੜਾ ਅੱਜ ਵੱਡਾ ਫੈਸਲਾ ਆਇਆ, ਇਸ ਫੈਸਲੇ ਨੇ ਉਹ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਆ ਕਿ ਜਿੰਨੀਆਂ ਪੰਥ ਵਿਰੋਧੀ ਸ਼ਕਤੀਆਂ ਸੀ
ਸਾਰਿਆਂ ਨੇ ਢਿੱਲ ਲਾ ਲਿਆ ਪਰ ਅੱਜ ਸਾਡੇ ਮੈਂਬਰਾਂ ਨੇ ਇੱਥੇ ਫੈਸਲਾ ਕਰਕੇ ਹਾਊਸ ਦੇ ਵਿੱਚ ਤੇ ਫਿਰ ਦੱਸ ਦਿੱਤਾ ਕਿ ਇਹ ਸੇਵਾ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮਿਆਂ ਦੇ ਵਿੱਚ ਵੀ ਵਧੀਆ ਕੀਤੀ ਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਆਸ ਹੈ ਇਸ ਕਰਕੇ ਬਹੁਤ ਵੱਡਾ ਥਾਪੜਾ ਵੀ ਹੈ ਔਰ ਮੈਂ ਅਕਾਲ ਪੁਰਖ ਦਾ ਗੁਰੂ ਮਹਾਰਾਜ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਚੋਣ ਪ੍ਰਚਾਰ ਤੇ ਨਾ ਜਾਣ ਦਾ ਤਨਖਾਹੀਆਂ ਹੋਣ ਕਰਕੇ ਉਹਦੀ ਇੱਜ਼ਤ ਕਰਦਿਆਂ ਸਾਰੀ ਪਾਰਟੀ ਨੇ ਜਿਹੜਾ ਕਿਉਂਕਿ ਪ੍ਰਧਾਨ ਸਾਹਿਬ ਨੇ ਜੋ ਕੁਝ ਲਿਖ ਕੇ ਦਿੱਤਾ ਸੀ ਉਹ ਸਾਰਾ ਕੁਝ ਪਾਰਟੀ ਦੇ ਬਿਹਾਫ ਤੇ ਲਿਖ ਕੇ ਦਿੱਤਾ ਸੀ ਇਸ ਕਰਕੇ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਸਾਰੇ ਸਾਥੀਆਂ ਨੇ ਸਾਰੇ ਵਰਕਰਾਂ ਨੇ ਸਮਝੀ ਹੈ ਕਿ ਜੇ ਪ੍ਰਧਾਨ ਸਾਹਿਬ ਜਿਹੜੇ ਆ ਸਿੰਘ ਸਾਹਿਬ ਦਾ ਜੋ ਹੁਕਮ ਹੋਇਆ ਸਾਨੂੰ ਵੀ ਨਾਲ ਦੇਖੋ ਅਸੀਂ ਬੜੀ ਵਾਰੀ ਖੁਲਾਸਾ ਕੀਤਾ ਕਿ ਇਸ ਵੇਲੇ ਦੇਸ਼ ਦੀਆਂ ਸਰਕਾਰਾਂ ਸੂਬੇ ਦੀ ਸਰਕਾਰ